ਇਸੇ ਖਬਰ ਤੇ ਮੇਰੇ ਸਯੋਗੇ ਗੁਰਪ੍ਰੀਤ ਸਿੰਘ ਜਿਆਦਾ ਜਾਣਕਾਰੀ ਲਈ ਸਾਡੇ ਨਾਲ ਜੁੜ ਚੁੱਕੇ ਹੈ ਗੁਰਪ੍ਰੀਤ ਸ਼੍ਰੋਮਣੀ ਅਕਾਲੀ ਦਲ ਨੇ ਕਿਹੜੀ ਸੀਆਈਡੀ ਪੰਜਾਬ ਦੇ ਉਹਨਾਂ ਦਫ਼ਤਰਾਂ 'ਚ ਛੱਡੀ ਹੈ ਜਿਹੜੀ ਪੂਰਨ ਤੌਰ ਤੇ ਜਾਣਕਾਰੀ ਮਿਲ ਰਹੀ ਹੈ ਕਿ ਡਿਪਟੀ ਸੀਐਮ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਂ ਪੰਜਾਬ ਦੇ ਚੀਫ ਮਿਨਿਸਟਰ ਉਹ ਅਫਸਰਾਂ ਨੂੰ ਦਬਕੇ ਮਾਰ ਰਹੇ ਨੇ ਕਿ ਕਾਰਵਾਈ ਕਰੋ ਦੇਖੋ ਕ੍ਰਿਸ਼ਨ ਚਰਚਾਵਾ ਨੇ ناصر مطلب صرف ਅਕਾਲੀ ਦਲ ਦੀ ਸੀਆਈਡੀ ਨਹੀਂ ਹੈ ਇਹ ਮੀਡੀਆ ਹਲਕਿਆਂ ਦੇ ਵਿੱਚ ਵੀ ਸਿਆਸੀ ਹਲਕਿਆਂ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਨੇ ਕਿ ਕਾਂਗਰਸ ਜਿਹੜੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਹੈ ਉਹ ਆਉਂਦੇ ਕੁਝ ਦਿਨਾਂ ਦੇ ਵਿੱਚ ਡਰੱਗਸ ਮਾਮਲਿਆਂ ਤੇ ਜਿਹੜੀ ਕਾਰਵਾਈ ਹੈ ਉਹਦੇ ਚ ਕਦਮ ਚੁੱਕਦੀ ਹੋਈ ਅਕਾਲੀ ਦਲ ਦੇ ਵੱਡੇ ਆਗੂਆਂ ਜਿਨ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਵਿਕਟਮ ਸਿੰਘ ਮਜੀਠੀਆ ਦਾ ਹੀ ਨਾਂ ਲਿਆ ਜਾ ਰਿਹਾ ਵੀ ਉਹਨਾਂ ਤੇ ਕਾਰਵਾਈ ਕਰ ਸਕਦੀ ਏ ਇਸੇ ਦੀ ਪੁਸ਼ਟੀ ਹੈ ਜਿਹੜੀ ਹੁਣ ਸੁਖਬੀਰ ਬਾਦਲ ਆਪਣੇ ਬਿਆਨਾਂ ਦੇ ਵਿੱਚ ਕਰ ਰਹੇ ਆ ਹਾਲਾਂਕਿ ਇਹ ਆਪਾਂ ਜ਼ਰੂਰ ਕਹਿ ਸਕਦੇ ਆਂ ਕਿ ਜਿਹੜੇ ਪੁਲਿਸ ਅਧਿਕਾਰੀ ਹੁੰਦੇ ਆ ਕਿਉਂਕਿ ਸੁਭੀਤ ਸਿੰਘ ਬਾਦਲ ਹੋਰਾਂ ਦੇ ਵੀ ਸਰਕਾਰ 10 ਸਾਲ ਉਹਨਾਂ ਨੇ ਚਲਾਈ ਐ ਸੋ ਜਿਹੜੇ ਲਿੰਕਸ ਹੁੰਦੇ ਆ ਜਾਂ ਕਨੈਕਸ਼ਨਸ ਹੁੰਦੇ ਆ ਜਾਣਕਾਰੀਆਂ ਹੁੰਦੀਆਂ ਉਹਨਾਂ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ ਬੇਸ਼ੱਕ ਸਰਕਾਰ ਦੇ ਵਿੱਚ ਹੁੰਦੀ ਆ ਪਾਰਟੀ ਐ ਨਹੀਂ ਹੁੰਦੀ ਜਾਣਕਾਰੀਆਂ ਫਿਰ ਵੀ ਕਿਤੇ ਨਾ ਕਿਤੇ ਮਿਲ ਜਾਂਦੀਆਂ ਨੇ ਸੋ ਇਹ ਇੱਕ ਦੋ ਹੋਰ ਗੱਲਾਂ ਐ ਜਿਹੜੀਆਂ ਉਹਨਾਂ ਨੂੰ ਆਧਾਰ ਬਣਾ ਕੇ ਸੁਭੀਤ ਸਿੰਘ ਬਾਦਲ ਆਪਣੀ ਇਹ ਗੱਲ ਮਜ਼ਬੂਤੀ ਦੇ ਨਾਲ ਕਹਿ ਰਹੇ ਆ ਪਿਛਲੇ ਕੱਲ ਤੁਹਾਨੂੰ ਯਾਦ ਹੋਏਗਾ ਕਿ ਐਸਕੇ ਸਥਾਨਾ ਜਿਹੜੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੇ ਉਹ ਛੁੱਟੀ ਤੇ ਚਲੇ ਗਏ ਹਸਪੀਟਲ ਹਾਲਾਂਕਿ ਐਡਮਿਟ ਕਰਵਾਏ ਗਏ ਨੇ ਛਾਤੀ ਦੇ ਵਿੱਚ ਦਰਦ ਦੀ ਸ਼ਿਕਾਇਤ ਹੈ ਪਰ ਸੁਖਬੀਰ ਸਿੰਘ ਬਾਦਲ ਇਸੇ ਨੂੰ ਆਧਾਰ ਬਣਾ ਰਹੇ ਕਿ ਉਹ ਮੈਡੀਕਲ ਲੀਵ ਤੇ ਗਏ ਹੈ ਕਿਉਂਕਿ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਸੀ ਤਾਂ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਮੈਡੀਕਲ ਲੀਵ ਤੇ ਚਲੇ ਗਏ ਇਸ ਤੋਂ ਇਲਾਵਾ ਦੋ ਹੋਰ ਆਫੀਸਰਸ ਦਾ ਨਾਮ ਸੁਬੀਤ ਸਿੰਘ ਬਾਦਲ ਲੈਂਦੇ ਹੈ ਕਿ ਉਹ ਜਿਹੜੇ ਹੈ ਉਹ ਉਹਨਾਂ ਨੂੰ ਉਹਨਾਂ ਨੇ ਜਦੋਂ ਕਾਰਵਾਈ ਕਰਨ ਤੋਂ ਨਾ ਕਰਤੀ ਕਿ ਜਦੋਂ ਅਕਾਲੀ ਦਲ ਦੇ ਵੱਡੇ ਆਗੂਆਂ ਤੇ ਕਾਰਵਾਈ ਜਾਂ ਉਹਨਾਂ ਨੂੰ ਗ੍ਰਫਤਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਕਾਰਵਾਈ ਕਰਨ ਤੋਂ ਨਾ ਕਰਤੀ ਤਾਂ ਉਹਨਾਂ ਦੀ ਤੁਰਤ ਫੁਰਤ ਟਰਾਂਸਫਰ ਕਰਤੀ ਆ ਸੋ ਇਨ ਇਹਨਾਂ ਗੱਲਾਂ ਨੂੰ ਆਧਾਰ ਬਣਾ ਰਿਹਾ ਇਹ ਹਵਾਲੇ ਦੇ ਰਿਹਾ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦਾ ਸਾਫ਼ ਕਹਿਣਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਇਹ ਤਿੰਨ ਲੋਕ ਨੇ ਜਿਹੜੇ ਚਾਹੁੰਦੇ ਐ ਕਿ ਇਲੈਕਸ਼ਨ ਤੋਂ ਪਹਿਲਾਂ ਜਿਹੜੀਆਂ ਤਮਾਮ ਨਕਾਮੀਆਂ ਨੇ ਇਹਨਾਂ ਤੋਂ ਧਿਆਨ ਹਟਾਉਣ ਦਾ ਇੱਕ ਸੌਖਾ ਜਿਹਾ ਤਰੀਕਾ ਇਹ ਐ ਕਿ ਅਕਾਲੀ ਦਲ ਦੀ ਜਿਹੜੀ ਵੱਡੀ ਲੀਡਰਸ਼ਿਪ ਐ ਅਹਿਮ ਲੀਡਰਸ਼ਿਪ ਐ ਉਹਨੂੰ ਚੱਕ ਕੇ ਜੇਲ੍ਹ ਚ ਸੁਟਦਾ ਜਾਵੇ ਜਾਂ ਉਹਨੂੰ ਚੱਕ ਕੇ ਹਵਾਲਾ ਚ ਬੰਦ ਕਰਤਾ ਜਾਵੇ ਇਹ ਆਧਾਰ ਬਣਾ ਰਹੇ ਹਾਲਾਂਕਿ ਇਹਦੀਆਂ ਦੋ ਗੱਲਾਂ ਨੇ ਇੱਕ ਪਾਸੇ ਚਰਚਾ ਵੀ ਚੱਲ ਰਹੀ ਐ ਕਿ ਡਰੱਗਸ ਮਾਮਲੇ ਤੇ ਕੋਈ ਕਾਰਵਾਈ ਸਰਕਾਰ ਕਰ ਸਕਦੀ ਐ ਸਰਕਾਰ ਨੂੰ ਇਹਦੇ ਦੋ ਫਾਇਦੇ ਐ ਦੇਖੋ ਸਰਕਾਰ ਜਿੰਨਾ ਵੀ ਹੁਣ ਤੱਕ ਮਾਹੌਲ ਬਣ ਰਿਹਾ ਹੈ ਚਾਹੇ ਟੀਚਰਸ ਪ੍ਰੋਟੈਸਟ ਕਰ ਰਹੇ ਆ ਅਲੱਗ-ਅਲੱਗ ਯੂਨੀਅਨਸ ਪ੍ਰੋਟੈਸਟ ਕਰ ਰਹੀਆਂ ਹੈ ਇਲੈਕਸ਼ਨ ਨੇੜੇ ਆ ਗਿਆ ਸਰਕਾਰ ਦੇ ਖਿਲਾਫ ਨੈਗੇਟਿਵ ਕਿਤੇ ਨਾ ਕਿਤੇ ਵੇਵ ਖੜੀ ਹੁੰਦੀ ਜਾ ਰਹੀ ਹੈ ਉਹਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਇੱਕ ਤਰੀਕਾ ਜਿਹੜਾ ਸਭ ਤੋਂ ਬੈਸਟ ਤਰੀਕਾ ਸਰਕਾਰ ਨੂੰ ਲੱਗ ਰਿਹਾ ਹੈ ਇਸ ਵਕਤ ਜੇ ਸਰਕਾਰ ਉਹਦੇ ਤੇ ਸੋਚ ਰਹੀ ਹੈ ਤਾਂ ਉਹ ਇਹ ਹੈ ਕਿ ਇੱਕ ਵਾਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਵੱਡੀ ਕਾਰਵਾਈ ਕਰਤੀ ਜਾਵੇ ਜਿਹੜੀ ਪੰਜਾਬ ਦੇ ਲੋਕ ਪਿਛਲੇ ਸਮਿਆਂ ਚ ਡਿਮਾਂਡ ਕਰਦੇ ਰਹੇ ਆ ਕਿ ਨਸ਼ਿਆਂ ਦੇ ਖਿਲਾਫ ਜਿੰਨੇ ਪੰਜਾਬ ਚ ਨਸ਼ੇ ਵੜੇ ਆ ਕਾਰਵਾਈ ਹੋਵੇ ਇਸ ਮਾਮਲੇ ਦਾ ਨਿਤਾਰਾ ਕੀਤਾ ਜਾਵੇ ਸੋ ਇਸ ਮਾਮਲੇ ਦੇ ਵਿੱਚ ਕੋਈ ਤੁਰਤ ਫੁਰਤ ਕਾਰਵਾਈ ਇਹ ਹੋ ਸਕਦੀ ਹੈ ਕਿ ਕਿਸੇ ਨੂੰ ਇੱਕ ਵਾਰ ਕਿਸੇ ਤੇ ਕੋਈ ਕਾਰਵਾਈ ਕਰਤੀ ਜਾਵੇ ਹੁਣ ਉਹ ਕਾਰਵਾਈ ਕਿੰਨੇ ਦਿਨ ਕੋਰਟ ਆਫ ਲਾ ਦੇ ਵਿੱਚ ਠਹਿਰੂਗੀ ਨਹੀਂ ਠਹਿਰੂਗੀ ਉਹ ਬਾਤ ਦੀ ਗੱਲ ਹੈ ਪਰ ਇੱਕ ਵਾਰੀ ਮੀਡੀਆ ਦੇ ਵਿੱਚ ਲਾਲਾ ਲਾਲਾ ਹੋ ਜੂਗੀ ਚਰਚਾ ਹੋ ਜੂਗੀ ਸਾਰੀਆਂ ਚੀਜ਼ਾਂ ਤੋਂ ਧਿਆਨ हट ਜੂਗਾ ਇੱਧਰ ਆ ਜੂਗਾ ਥੋੜੇ ਕੁਝ ਦਿਨਾਂ ਦੇ ਲਈ ਔਰ ਸਰਕਾਰ ਹੈਗੀ ਜਿਹੜੀ ਇੱਕ ਵਾਰੀ ਲੋਕਾਂ ਦੇ ਕੋਲੋਂ ਵਾਵਾ ਖੱਟਣ ਦੇ ਵਿੱਚ ਜਿਹੜੀ ਹੈ ਕਾਮਯਾਬ ਹੋ ਜੂਗੀ ਇੱਕ ਤਾਂ ਇਹ ਹੈ ਦੂਜਾ ਜੇ ਅਕਾਲੀ ਦਲ ਦੇ ਪੱਖ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੂੰ ਵੀ ਇਹ ਲੱਗ ਰਿਹਾ ਕਿ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਕਿਤੇ ਸਰਕਾਰ ਇਸ ਚੀਜ਼ ਦਾ ਫਾਇਦਾ ਨਾ ਚੁੱਕੇ ਕਿਤੇ ਸਰਕਾਰ ਇਹ ਨਾ ਕਰੇ ਕਿ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਦੇ ਖਿਲਾਫ ਕਾਰਵਾਈ ਕਰ ਲੈ ਲੋਕਾਂ ਦੀ ਜਿਹੜੀ ਹੈਗੀ ਐ ਇੱਕ ਗੁੱਸਾ ਜਿਹੜਾ ਲੋਕਾਂ ਦੇ ਵਿੱਚ ਸੀਗਾ ਉਹਨੂੰ ਪਨਾਉਣ ਦੀ ਕੋਸ਼ਿਸ਼ ਕਰੇ ਸੋ ਇਹ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਨੂੰ ਦੇਖ ਕੇ ਸੁਭੀਰ ਸਿੰਘ ਬਾਦਲ ਇਸ ਤੋਂ ਇਲਾਵਾ ਜਿਹੜੀਆਂ ਟਰਾਂਸਫਰਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੋਈਆਂ ਨੇ ਦੋ ਐਸ ਕੇ ਸਥਾਨਾਂ ਦਾ ਛੁੱਟੀ ਤੇ ਚਲੇ ਜਾਣਾ ਇਹ ਕੁਝ ਡਿਵੈਲਪਮੈਂਟਸ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਸੁਭੀਰ ਸਿੰਘ ਬਾਦਲ ਜਿਨ੍ਹਾਂ ਦਾ ਹਵਾਲਾ ਦੇ ਕੇ ਇਹ ਗੱਲ ਕਹਿ ਰਹੇ ਆ ਹਾਲਾਂਕਿ ਚਰਚਾਵਾਂ ਜੋ ਜ਼ੀ ਮੀਡੀਆ ਦੇ ਕੋਲ ਜਾਣਕਾਰੀ ਹੈ ਚਰਚਾਵਾਂ ਜ਼ਰੂਰ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਸਰਕਾਰ ਦੀ ਮਨਸ਼ਾ ਜ਼ਰੂਰ ਹੈ ਨਵਜੋਤ ਸਿੰਘ ਸਿੱਧੂ बार-बार ਇਹ ਗੱਲ ਕਹਿ ਰਹੇ ਆ ਮਨਸ਼ਾ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇ ਇਹ ਚਰਚਾਵਾਂ ਨੇ ਠੀਕ ਹੈ ਗੁਰਪ੍ਰੀਤ ਇਹਨਾਂ ਚਰਚਾਵਾਂ ਦੇ ਮਾਇਨੇ ਅਸਲ ਦਿਨਾਂ ਵਿੱਚ ਹੀ ਸਾਹਮਣੇ ਆਉਣਗੇ ਕਿ ਵਾਕਈ ਸੁਖਬੀਰ ਬਾਦਲ ਦਾ ਖਤਸ਼ਾ ਸਹੀ ਸੀ ਜਫਰ ਨੇ ਬਹੁਤ ਸ਼ੁਕਰੀਆ ਗੁਰਪ੍ਰੀਤ ਜਾਣਕਾਰੀ ਦਿਸਣ ਲਈ